ਸਰਦਾਰ ਮੇਜਰ ਸਿੰਘ ਬਰਾੜ ਜਿਹਦਾ ਵਾਰਡ ਚ ਨਾਂ ਚੱਲਦਾ, ਸਰਦਾਰ ਤਾਰਾ ਸਿੰਘ ਦਾ ਮੁੰਡਾ ਜੇ ਕਬੱਡੀ ਪ੍ਰਮੋਟਰ, ਉਹਨੇ ਸਾਨੂੰ ਹੌਸਲਾ ਦਿੱਤਾ, ਕਹਿੰਦਾ ਸਾਰਾ ਲੋਹਾ ਮੈਂ ਦੇਊਂਗਾ ਧਰਮਸਾਲਾ ਦੀ ਬਾਬਤ, ਜਿੰਨਾ ਵੀ ਲੋਹਾ ਲੱਗੂਗਾ ਸਾਰਾ ਲੋਹਾ ਮੈਂ ਦੇਊਂਗਾ। ਵੀ ਕਰਿਆ ਜੋ ਪਿੰਡ ਲੈਵਲ ਤੇ ਜਿਹੜੀ ਵੀਡੀਓ ਹੁੰਦੀ ਹੈ ਜ਼ਰੂਰ ਵੀਰ ਬਣ ਕੇ ਸ਼ੇਅਰ ਕਰਿਆ ਕਰੋ। ਲਓ ਜੀ, ਜਿਹੜਾ ਕਿ ਆਪਣੇ ਪਿੰਡ ਭਲੂਰ ਪੈਲਸ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਰੁਕਿਆ ਸੀ ਅਤੇ ਅੱਜ ਉਹ ਦੁਬਾਰਾ ਸ਼ੁਰੂ ਹੋ ਚੁੱਕਾ, ਚਾਰ ਦੀਵਾਰੀ ਹੋ ਰਹੀ ਆ। ਅਤੇ ਮੇਰੇ ਵੀਰ ਪਹਿਲਾਂ ਤਾਂ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਬੜਾ ਨੇਕ ਉਪਰਾਲਾ ਮਾਸਟਰ ਬਿੱਕਰ ਸਿੰਘ ਜੀ ਦਾ ਅਤੇ ਸਾਰੇ NRI ਵੀਰਾਂ ਦਾ, ਅਤੇ ਪਿੰਡ ਦੇ ਸੰਯੋਗ ਦੇ ਨਾਲ ਦੁਬਾਰਾ ਕੰਮ ਸ਼ੁਰੂ ਹੋ ਚੁੱਕਾ। ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰਿਓ। ਜਿੱਦਾਂ ਵੀ ਕੋਈ ਦਾਨ ਪੁੰਨ ਕਰ ਸਕਦਾ, ਸੀਮੈਂਟ ਦੀ, ਸਰੀਏ ਦੀ ਜਾਂ ਬੱਜਰੀ ਦੀ, ਜਿੱਦਾਂ ਵੀ ਕੋਈ ਸੇਵਾ ਕਰ ਸਕਦਾ ਜਾਂ ਇੱਥੇ ਪਹੁੰਚ ਕੇ ਸਪੋਰਟ ਕਰ ਸਕਦਾ, ਹੱਥੀਂ ਸੇਵਾ ਕਰ ਸਕਦਾ, ਜ਼ਰੂਰ ਤੁਸੀਂ ਆ ਕੇ ਸਪੋਰਟ ਜ਼ਰੂਰ ਕਰੋ, ਹੌਸਲਾ ਜ਼ਰੂਰ ਵਧਾਓ। ਸਤਿਕਾਰਯੋਗ ਦਰਸ਼ਕੋ, ਅਸੀਂ ਧੰਨਵਾਦ ਕਰਦੇ ਹਾਂ ਮਾਝੇ ਵਾਲੇ ਭਾਊ ਚੈਨਲ ਦਾ, ਜਿਹੜੇ ਸਾਡੇ ਮੈਸੇਜ ਨੂੰ ਸਾਰੇ ਪਿੰਡਾਂ ਵਿੱਚ ਅਤੇ ਬਾਹਰ ਵੀ, ਹਿੰਦੁਸਤਾਨ ਤੋਂ ਬਾਹਰ ਜਿਹੜੇ ਰਹਿ ਰਹੇ ਪੰਜਾਬੀ ਭਲੂਰ ਦੇ ਨਿਵਾਸੀ ਹੈ ਉਹਨਾਂ ਤੱਕ ਪਹੁੰਚਾ ਰਹੇ ਹੈ। ਬਹੁਤ ਬਹੁਤ ਮਿਹਰਬਾਨੀ ਇਸ ਚੈਨਲ ਦੀ, ਔਰ ਕੁਛ ਚਿਰ ਵਾਸਤੇ ਇਹ ਜਿਹੜਾ ਕੰਮ ਠੱਲ ਪੈ ਗਈ ਸੀ ਉਹਦਾ ਕਾਰਨ ਸਾਡੇ ਇੱਕ ਬਹੁਤ ਵੱਡੇ ਸਮਾਜ ਸੇਵੀ ਸਰਦਾਰ ਬਲਵਿੰਦਰ ਸਿੰਘ ਕਲੇਰ ਸਾਹਿਬ ਦੀ ਡੈਥ ਹੋਣੇ ਕਰਕੇ ਸਾਨੂੰ ਕੁਛ ਕੰਮ ਰੋਕਣਾ ਪਿਆ, ਅਤੇ ਹੁਣ ਇਹਨੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਔਰ ਸਾਰੇ ਨਗਰ ਵਾਸੀਆਂ ਨੂੰ ਜਿਹੜੇ ਬਾਹਰ ਰਹਿੰਦੇ NRI ਵੀਰ ਸਾਥੀ, ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਹੱਥ ਵਟਾਓ ਤਾਂ ਕਿ ਅਸੀਂ ਇਸ ਤਕੜੇ ਪ੍ਰੋਜੈਕਟ ਨੂੰ, ਜਿਹੜਾ ਘੱਟੋ ਘੱਟ 50-60 ਲੱਖ ਦਾ ਪ੍ਰੋਜੈਕਟ ਹੈ, ਅਤੇ ਇਹਨੂੰ ਸਿਰੇ ਲਾਈਏ ਤਾਂ ਕਿ ਪਿੰਡ ਨੂੰ ਹਰ ਸਾਲ ਘੱਟੋ ਘੱਟ 70-80 ਲੱਖ ਰੁਪਈਆ ਪਿੰਡ ਦਾ ਬਚ ਜਾਇਆ ਕਰਨਾ। ਵਿਆਹ ਸ਼ਾਦੀਆਂ 'ਤੇ ਨੋਮੀਨਲ ਫੀਸ ਰੱਖੀ ਜਾਊਗੀ 10-15 ਹਜ਼ਾਰ, ਅਤੇ ਉਹ ਵੀ ਵਿਆਹ ਸ਼ਾਦੀ 'ਚ, ਬਾਕੀ ਇੱਕ ਤਰ੍ਹਾਂ ਫਰੀ ਹੋਊਗਾ। ਅਤੇ ਮਿਹਰਬਾਨੀ ਕਰਨੀ ਸਾਰੇ ਬਾਹਰ ਸਾਥੀਆਂ ਨੇ, ਅਤੇ ਸਾਡਾ ਇਸ ਤਰ੍ਹਾਂ ਕੰਮ ਲਾਓ। ਆ ਕੱਲ੍ਹ ਨਿਕਲਣੀ ਸ਼ੁਰੂ ਹੋ ਚੁੱਕੀ ਹੈ, 3 ਪਾਸੇ ਬਣੇ ਗਏ ਆ, ਚੌਥਾ ਪਾਸਾ ਅਸੀਂ ਖੁੱਲ੍ਹਾ ਰੱਖਣਾ, ਔਰ ਵਿਚਾਲੇ ਇਸ ਤੋਂ ਬਾਅਦ ਇਹਦੇ ਬਣਨ ਤੋਂ ਬਾਅਦ ਸਾਰਾ ਥਾਂ ਪੱਧਰ ਕਰਕੇ ਅਤੇ ਵਿਚਾਲੇ ਹਾਲ ਕਵਰ ਦੀ ਨੀਂਹ ਧਰ ਦੇਣੀ ਹੈ, ਜਿਹੜਾ ਕਿ ਮੇਨ ਹਾਲ ਕਮਰਾ ਹੋਊ, ਮੇਨ ਪਾਰਟ ਵੱਡੀ ਪ੍ਰੋਜੈਕਟ ਹੋਊਗਾ। ਸੋ ਮਿਹਰਬਾਨੀ ਸਭ ਸਾਥੀਆਂ ਦੀ ਜਿਹੜੇ ਸੁਣਦੇ ਕਰਦੇ ਆ, ਅਤੇ ਖਿਆਲ ਰੱਖਣ ਸਾਡਾ, ਅਸੀਂ ਨਗਦ ਪੈਸੇ ਨਹੀਂ ਭਾੜਦੇ, ਸਾਨੂੰ ਸਮਾਨ ਲੈ ਕੇ ਦੇਈ ਚੱਲੋ, ਕੰਮ ਅਸੀਂ ਕਰੀ ਚੱਲਾਂਗੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਾਡੇ ਚੈਨਲ ਵਾਲੇ ਭਰਾਵਾਂ ਦੀ, ਸਾਡੇ ਸਾਹਿਬ ਬਿੱਕਰ ਸਿੰਘ ਮਾਸਟਰ ਜੀ ਨੇ ਏਡਾ ਵੱਡਾ ਉਪਰਾਲਾ ਕੀਤਾ, ਸਤਿਕਾਰਯੋਗ ਆ। ਮੈਂ ਤਾਂ ਇਹ ਕਹੂੰਗਾ, ਇੱਕ ਜਿਹੜਾ ਹੁੰਦਾ ਮੁੱਢ ਸਾਡਾ ਥੰਮ, ਸਾਨੂੰ ਬਹੁਤ ਵਧੀਆ ਸਰਦਾਰ ਬਿੱਕਰ ਸਿੰਘ ਮਾਸਟਰ ਮਿਲੇ ਆ, ਬਾਕੀ ਅਸੀਂ ਤਾਂ ਟਾਣੇ ਆ ਛੋਟੇ ਮੋਟੇ, ਅਤੇ ਨਾਲੇ ਦੇ ਸਹਿਯੋਗ ਦਿੰਦੇ ਹਾਂ, ਅਤੇ ਇਹ ਜਿਹੜੀ ਹੈਗੇ ਏਡਾ ਵੱਡਾ ਪ੍ਰੋਜੈਕਟ, ਇਹ ਸਾਡੇ ਜਿਹੜੇ NRI ਭਰਾ ਜਿਹੜੇ ਏਡੇ ਏਡੇ ਵੱਡੇ ਟੂਰਨਾਮੈਂਟ ਕਰਾਉਂਦੇ ਆ, ਕੌਡੀਆਂ ਕਰਾਉਂਦੇ, ਕਿੱਡੇ ਕਿੱਡੇ ਵੱਡੇ ਫੰਕਸ਼ਨ ਕਰਾਉਂਦੇ ਆ, ਉਹਨਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਨਾ ਇਹ। ਅਤੇ ਉਹ ਭਰਾ ਜਿਹੜੇ ਹੈਗੇ ਆ, ਸਾਨੂੰ ਉਹਨਾਂ ਨੇ ਬਹੁਤ ਖੁੱਲ੍ਹੇ ਦਿਲ ਨਾਲ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਕੰਮ ਚਲਾਓ ਅਤੇ ਖੁੱਲ੍ਹੇ ਦਿਲ ਨਾਲ ਹੀ ਮਦਦ ਕਰਾਂਗੇ। ਜਿਹੜੇ ਸਾਡੇ ਨਗਰ ਦੇ ਭਰਾ NRI ਆ, ਜੇ ਉਹ ਸੰਯੋਗ ਕਰਕੇ ਅਸੀਂ ਉਹਨਾਂ ਦਾ ਇਕੱਲੇ ਇਕੱਲੇ ਬੰਦਾ ਇੱਥੇ ਪੱਥਰਾਂ ਦੇ ਉੱਤੇ ਨਾਂ ਲਿਖਾਂਗੇ, ਨਗਰ ਦੇ ਪੈਸੇ ਬਚਣਗੇ। ਜੇ ਇਹ ਆਪਣੀ ਧਰਮਸਾਲਾ ਦੇ ਵਿੱਚ ਪੈਸੇ, ਪੈਸ ਰੂਪੀ ਧਰਮਸਾਲਾ ਜਿਹੜੀ ਆਪਾਂ ਬਣਾਉਣੀ ਆ, ਇਹਦੇ ਪੈਸੇ ਵਧਣਗੇ, ਆਪਣੇ ਕੋਲ ਬਜਟ ਬਣੂਗਾ, ਹੋਊਗਾ, ਹੋ ਸਕਦਾ ਆਪਾਂ ਕੱਲ੍ਹ ਨੂੰ ਗਰੀਬਾਂ ਦੀਆਂ ਧੀਆਂ ਦੇ ਕੰਨਿਆਂ ਦੇ ਵਿਆਹ ਵੀ ਕਰੀਏ। ਇਹ ਸਾਡਾ ਜਿਹੜਾ ਉਪਰਾਲਾ ਹੈਗਾ, ਇਹ ਸਾਰੇ ਨਗਰਾਂ ਦੇ, ਨਗਰ ਦੇ ਸਹਿਯੋਗ ਨਾਲ ਅਤੇ NRI ਭਰਾਵਾਂ ਦੇ ਸਹਿਯੋਗ ਨਾਲ ਇਹ ਸਿਰੇ ਚੜ੍ਹਨਾ, ਅਤੇ ਸਾਡਾ ਵੱਧ ਤੋਂ ਵੱਧ ਜਿਹੜੇ NRI ਭਰਾ
ਹੌਸਲਾ ਵਧਾਈ ਕਰਨ। ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਗੀ, ਸਾਨੂੰ ਜਿੰਨੇ ਜੇ ਕੋਈ ਸਮਾਨ ਚਾਹੀਦਾ ਸਾਨੂੰ ਸਮਾਨ ਹੀ ਦੇ ਦੇਣਾ, ਐੱਟ ਸੀਮੈਂਟ ਸਰੀਆ ਜੋ ਸਾਨੂੰ ਸਮਾਨ ਚਾਹੀਦਾ ਉਹਦੀ ਸਾਡੀ ਮਦਦ ਕਰ ਦੇਣ। ਆਪਦੇ ਰਿਸ਼ਤੇਦਾਰਾਂ ਨੂੰ ਕਹਿ ਕੇ, ਆਪਦੇ ਭਰਾ ਨੂੰ ਕਹਿ ਕੇ, ਚਾਚੇ ਤਾਏ ਨੂੰ ਕਹਿ ਕੇ, ਜਿਹਨੂੰ ਮਰਜ਼ੀ ਕਹਿ ਕੇ ਸਾਨੂੰ ਸਮਾਨ ਦੇਈ ਜਾਣ ਅਤੇ ਸੇਵਾ ਹੀ ਕਰੀ ਜਾਵਾਂਗੇ। ਅਸੀਂ ਬਿਲਕੁਲ ਤਨਦੇਹੀ ਨਾਲ ਬਾਬੇ ਭਾਈ ਦੇਹਰਾਜ ਦੇ ਬਾਬੇ ਮੋਨੀ ਜੀ ਦੀ ਧਰਤੀ ਖੜ ਕੇ ਕਹਿੰਦੇ ਹਾਂ ਬਈ ਸਾਨੂੰ ਕੋਈ ਲਾਲਚ ਨਹੀਂ ਆ, ਨਾ ਕੁਛ ਸਹੀ ਇਹਦੇ ਜੋ ਖਾਧਾ ਅਤੇ ਨਾ ਕੋਈ ਖਾਣਾ। ਮਹਾਰਾਜ ਆਪਦਾ ਖਾ ਕੇ ਮਰ ਜੀ ਗਏ ਬਸ ਇੰਨਾ ਹੀ ਬਹੁਤ ਆ। ਇਹਦਾ ਕੰਮ ਸੁਣਿਆ ਚ ਰੁਕ ਗਿਆ ਕਈ ਵਾਰੀ, ਅਗਲਾ ਇਹਨਾਂ ਉਹ ਆਏ ਹੋ ਗਿਆ ਜਿਉਂ ਹੋ ਗਿਆ, ਪੈਸੇ ਮੁੱਕ ਗਏ ਸਾਨੂੰ ਐਨ ਆਰ ਆਈ ਭਰਾਏ ਦੇ ਇੰਨੇ ਐਨ ਆਰ ਆਈ ਭਰਾ ਹੌਸਲਾ ਦਿੰਦੇ ਆ, ਉਹ ਕਹਿੰਦੇ ਅਸੀਂ ਪੈਸਿਆਂ ਤੇ ਢੇਰੀਆਂ ਲਾ ਦਿਆਂਗੇ ਵੀ ਕੰਮ ਚਲਾਓ। ਉਹ ਸਿਰਫ ਕੀ ਸਾਡੇ ਗੁੱਗੀ ਸਿੰਘ ਖਾਲਸਾ ਕਲੀਅਰ ਸਾਹਿਬ ਸਾਨੂੰ ਬਹੁਤ ਵੱਡਾ ਘਾਟਾ ਪਿਆ, ਸਾਡਾ ਭਰਾ ਉੱਠ ਗਿਆ ਉਹਦਾ ਕਰਕੇ, ਫਿਰ ਸਾਡਾ ਨਾ ਹੁਣ ਵੀ ਜਿਹੜਾ ਅਸੀਂ ਕੰਮ ਚਲਾਇਆ ਮਰੇ ਮਨ ਨਹੀਂ ਚਲਾਇਆ ਇਹ ਵੀ ਹੁਣ ਸਰਦਾ ਨਹੀਂ ਗਾ ਤੇ ਜੀ ਨਹੀਂ ਕਰਦਾ, ਉਹ ਸਾਨੂੰ ਬਹੁਤ ਵੱਡਾ ਘਾਟਾ ਪਿਆ। ਉਹਦਾ ਘਾਟਾ ਵੀ ਜੇ ਧਰਮਸ਼ਾਲਾ ਬਣੂਗੀ ਉਹ ਵੀ ਐਨ ਆਰ ਆਈ ਭਰਾ ਸਾਰੇ ਨਗਰ ਨਿਵਾਸੀ ਰਲ ਕੇ ਉਹ ਵੀ ਪੂਰਾ ਕਰਨਗੇ। ਉਹਦੀਆਂ ਜਿਹੜੀ ਉਹਦੀ ਸੋਚ ਸੀ ਮਾਸਟਰ ਜੀ ਸੋਚ, ਉਹਨਾਂ ਦੇ ਪਹਿਰਾ ਦੇ ਕੇ ਅਸੀਂ ਤਨਦੇਹੀ ਨਾਲ ਅਸੀਂ ਇਹ ਜਿਹੜਾ ਹੈਗਾ ਨਿਭਾਵਾਂਗੇ। ਸਾਨੂੰ ਐਨ ਆਰ ਆਈ ਭਰਾ ਜਦੋਂ ਮਰਜ਼ੀ ਕਹਿਣ, ਜੋ ਮਰਜ਼ੀ ਹੁਕਮ ਲਾਉਣ, ਅਸੀਂ ਸਿਰ ਮੱਥੇ ਤੇ ਮੰਨਾਂਗੇ ਜੋ ਕਹਿਣਗੇ। ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ, ਨਾ ਅਸੀਂ ਕਰਨਾ, ਜੋ ਸਾਨੂੰ ਉਧਰੋਂ ਸਹਿਯੋਗ ਦੇਣਗੇ ਤੁਹਾਡੇ ਚੈਨਲ ਰਾਹੀਂ ਸਾਨੂੰ ਦੱਸਣ ਵੀ ਐ ਨੀ ਆਪਾਂ ਐ ਕਰਨਾ, ਐ ਨੀ ਐ ਕਰਨਾ, ਆਪਾਂ ਉਹੀ ਕਰਾਂਗੇ। ਤੇ ਅਸੀਂ ਤਾਂ ਦੁਆਰਾ ਦੁਆਰਾ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਸਾਨੂੰ ਸਮਾਨ ਚਾਹੀਦਾ ਬਸ, ਸਾਨੂੰ ਪੈਸਾ ਨਹੀਂ ਚਾਹੀਦਾ, ਸਾਨੂੰ ਸਾਡੇ ਭਰਾ ਸਮਾਨ ਦੇ ਦੇਣਾ। ਤੇ ਅਸੀਂ ਜਿਹੜਾ ਹੈਗਾ ਇਹ ਆਪਣੇ ਨਗਰ ਦਾ ਛਾਣ ਬਣਦੀ ਆ, ਇੱਥੇ ਆਪਣੇ ਵਿਆਹ ਹੋਣਗੇ, ਗਰੀਬਾਂ ਦੇ ਵੀ ਹੋਣਗੇ, ਅਮੀਰਾਂ ਦੇ ਵੀ ਹੋਣਗੇ, ਸਾਰੇ ਭੈਣਾਂ ਭਰਾਵਾਂ ਦੇ ਗਰੀਬਾਂ ਦੇ ਸਾਰਿਆਂ ਦੇ ਵਿਆਹ ਸ਼ਾਦੀਆਂ ਹੋਣਗੇ ਧੀਆਂ ਦੇ। ਆਪਾਂ ਨੂੰ ਇਹਦਾ ਬਹੁਤ ਵੱਡਾ ਜਿਹੜਾ ਹੈਗਾ ਮਾਸਟਰ ਜੀ ਦੀ ਸੋਚ, ਬਹੁਤ ਤਕੜੀ ਸੋਚ ਇਹਨਾਂ ਨੇ ਜਿਹੜਾ ਏਡਾ ਉਪਰਾਲਾ ਕੀਤਾ। ਜੈਲਦਾਰ ਪਰਿਵਾਰ ਨੇ ਵੇਖੋ ਇੱਕ ਬਿਨਾਂ ਅੱਜ ਕਰੋੜ ਰੁਪਈਏ ਦਾ ਥਾਂ, ਕਰੋੜ ਰੁਪਈਏ ਦਾ ਥਾਂ ਜਿਹੜਾ ਜੈਲਦਾਰ ਪਰਿਵਾਰ ਨੇ ਦਿੱਤਾ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਮਾਸਟਰ ਜੀ ਦਾ ਧੰਨਵਾਦ ਕਰਦੇ ਜਿਹਨੇ ਆਪਦੀ ਪੈੜੀ ਵੇਚ ਕੇ ਲਈ ਜਾਂਦਾ। ਵੇਖੋ ਯਾਰ ਪੈੜੀ ਵੇਚ ਕੇ ਆਪਦੀ, ਅਗਲਾ ਜੱਟ ਵੱਟ ਨਹੀਂ ਵੱਢਣ ਦਿੰਦਾ, ਪੈੜੀ ਵੇਚ ਕੇ ਲਈ ਜਾਂਦਾ। ਅਸੀਂ ਤਾਂ ਇਹੀ ਸਾਰੇ ਵਾਰ ਵਾਰ ਕੇ ਬੇਨਤੀਆਂ ਕਰਾਂਗੇ ਵੀ ਸਾਨੂੰ ਜਿਹੜੇ ਐਨ ਆਰ ਆਈ ਭਰਾ ਬਾਹਰ ਬੈਠੇ, ਤੁਹਾਨੂੰ ਸਾਨੂੰ ਤਾਂ ਪਤਾ ਨਹੀਂ ਗਾ, ਤੁਹਾਨੂੰ ਪੋਸਟ ਪਾ ਕੇ ਕੋਈ ਸਮਝਾ ਸਕਦੇ ਗੱਲ ਵੀ ਭਾਈ ਐ ਨੀ ਐ ਕਰੋ, ਹੁਣ ਐ ਨੀ ਐ ਕਰਨਾ, ਅਸੀਂ ਉਹਨਾਂ ਚੀਜ਼ਾਂ ਦੇ ਫੁੱਲ ਚੜਾਵਾਂਗੇ। ਅਸੀਂ ਸਾਡਾ ਕੋਈ ਆਪਦੀ ਬਿਲਕੁਲ ਕੋਈ ਮਨ ਦੀ ਮਰਜ਼ੀ ਨਹੀਂ ਗੀ ਬਈ, ਅਸੀਂ ਕੋਈ ਆਪਦੀ ਮਨ ਦੀ ਮਰਜ਼ੀ ਨਾ ਅਸੀਂ ਕਿਸੇ ਦੀ ਸੁਣੀਆਂ ਨਾ ਗਿਣੀਆਂ ਨਾ, ਨਹੀਂ ਆਪਾਂ ਰਲ ਮਿਲ ਕੇ ਏਡਾ ਵੱਡਾ ਪ੍ਰੋਜੈਕਟ ਆਪਾਂ ਸਿਰੇ ਚੜਾਈਏ। ਧਰੋਣਾ ਬਾਬੇ ਭਾਈ ਦੇਖ ਰਹੇ ਆ ਸਾਰੇ ਭਰਾਵਾਂ ਜੀ ਮਹਾਰਾਜ ਵੱਸਦਾ, ਤੇ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ, ਭਰਾਵਾਂ ਨੂੰ ਬੇਨਤੀ ਕਰਦੇ, ਹੱਥ ਬੰਨ ਕੇ ਸਾਰੇ ਐਨ ਆਰ ਆਈ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਵੱਧ ਤੋਂ ਵੱਧ ਸਹਿਯੋਗ ਕਰਕੇ ਆਪਾਂ ਜਿਹੜਾ ਮਾਸਟਰ ਜੀ ਦੇ ਏਡਾ ਵੱਡਾ ਜੈਲਦਾਰ ਪਰਿਵਾਰ ਨੇ ਆਪਣੇ ਸਾਰੇ ਨਗਰ ਵਾਲਿਆਂ ਨੇ ਉਪਰਾਲਾ ਕੀਤਾ ਤੇ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਆਪਣੇ ਸਿਰੇ ਚੜ੍ਹ ਜੇ ਤੇ ਆਪਣੇ ਨਗਰ ਦੀ ਸ਼ਾਨ ਵੀ ਆ ਤੇ ਆਪਣੇ ਐਨ ਆਰ ਆਈ ਭਰਾਵਾਂ ਦਾ ਮਾਣ ਵੀ ਆ। ਸਾਡੇ ਪਿੰਡ ਦਾ ਸਰਦਾਰ ਮੇਜਰ ਸਿੰਘ ਬਰਾੜ ਜਿਹਦਾ ਵਾਰਡ 'ਚ ਨਾਂ ਚੱਲਦਾ ਸਰਦਾਰ ਤਾਰਾ ਸਿੰਘ ਦਾ ਮੁੰਡਾ, ਜੇ ਕਬੱਡੀ ਪ੍ਰਮੋਟਰ, ਉਹਨੇ ਸਾਨੂੰ ਹੌਸਲਾ ਦਿੱਤਾ, ਕਹਿੰਦਾ ਸਾਰਾ ਲੋਹਾ ਮੈਂ ਦੇਊਂਗਾ ਧਰਮਸ਼ਾਲਾ ਦੀ ਬਾਬਤ, ਜਿੰਨਾ ਵੀ ਲੋਹਾ ਲੱਗੂਗਾ ਸਾਰਾ ਲੋਹਾ ਮੈਂ ਦੇਊਂਗਾ। ਹੁਣ ਵੇਖੋ ਪਤਾ ਨਹੀਂ ਕਿੰਨੇ ਲੱਖਾਂ ਦਾ ਲੋਹਾ ਆਉਣਾ ਜੀ, ਤੇ ਅਸੀਂ ਤਾਂ ਉਹਦਾ ਕੋਟ ਕੋਟ ਧੰਨਵਾਦ ਕਰਦੇ ਹਾਂ। ਦੂਜੇ ਨਾਰੇ ਭਰਾਵਾਂ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਹੌਸਲਾ ਦੇਈ ਜਾਂਦੇ ਆ। ਅਸੀਂ 25-25 ਦਾ ਹਿਸਾਬ ਦੇਵਾਂਗੇ, ਅਸੀਂ ਕੋਈ ਖਾਣਾ ਨਹੀਂ ਗਾ, ਅਸੀਂ ਬਾਬੇ ਭਾਈ ਦੇ ਹਾਂ ਜੀ, ਬਾਬੇ ਦੀ ਜਗ੍ਹਾ ਤੇ ਖੜ ਕੇ ਕਹਿੰਦੇ ਹਾਂ ਵਾਰ ਵਾਰ ਕੇ ਵੀ ਅਸੀਂ ਜੇ ਖਾਣਾ ਹੁੰਦਾ ਤੇ ਬਹੁਤ ਕੁਛ ਖਾਣ ਨੂੰ, ਪਰ ਇਹ ਖਾਣਾ ਨਹੀਂ ਗਾ, ਪੈਸੇ ਪੈਸੇ ਦਾ ਹਿਸਾਬ ਦੇਵਾਂਗੇ। ਇਹ ਬਾਹਰਲੇ ਭਰਾ ਉਹ ਕਿਤੇ ਬੋਕਰਾਂ ਨਹੀਂ ਫੜੀਆਂ ਗਈਆਂ,
ਬਈ ਬੋਕਰਾ ਫੜੇ ਦੇ ਇਕੱਠੇ ਕਰ ਸਾਨੂੰ ਦੇਈ ਜਾਣਗੇ। ਉਹਨੇ ਖੂਨ ਪਸੀਨੇ ਦੀ ਕਮਾਈ ਹੈ ਯਾਰ, ਹੈ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਇੰਨੀ ਗੱਲ ਉਹ ਤਾਂ ਪੁੱਠਾ ਜਿਹਾ ਹਥਿਆਰ ਦੇਣਾ ਸਾਡੇ ਬਾਰੇ ਨਿਆਰੇ ਆ, ਆਪਣੇ ਉਹ ਪੈਸੇ ਗਿਣਤੀ ਚ ਨਹੀਂ ਆਉਂਦੇ। ਅਸੀਂ ਉਹਨਾਂ ਦਾ ਕੋਟ ਧੰਨਵਾਦ ਕਰਦੇ ਹਾਂ, ਸਰਦਾਰ ਮੇਜਰ ਸਿੰਘ ਬਰਾੜ ਸਾਹਿਬ ਕਬੱਡੀ ਪ੍ਰਮੋਟਰ ਜਿਹਦਾ ਵਰਲਡ ਚ ਨਾਂ ਚੱਲਦਾ, ਤੇ ਉਹਨੇ ਸਾਨੂੰ ਇੰਨਾ ਹੌਸਲਾ ਦਿੱਤਾ ਤੇ ਸਾਨੂੰ ਇੰਨਾ ਆ ਵੀ ਉਹਨੇ ਧਰਮ ਹਲੇ ਉਹਨੇ ਇਕੱਲੇ ਨੇ ਬਣਾ ਦੇਣੀ ਆ। ਹੈ ਸਾਰੇ ਨਗਰ ਦੀ ਸਾਰੇ ਨਾਰੇ ਭਰਾਵਾਂ ਦੇ ਫੋਨ ਆਉਂਦੇ ਆ, ਸਾਰੇ ਬਾਅਦ ਉਹ ਸਾਨੂੰ ਸਹਿਯੋਗ ਕਰਨਗੇ ਤੇ ਸਾਰੇ ਭਰਾਵਾਂ ਦੇ ਸਹਿਯੋਗ ਨੇ ਬਣਨੀ ਆ। ਅਸੀਂ ਦੁਆਰਾ ਵਿਸ਼ਵਾਸ ਦੋਣੇ ਆ ਵੀ ਪੰਜ ਪੈਸੇ ਜੇਬ ਚ ਲਾ ਦੇਗੇ, ਖਾਂਦੇ ਨੀ ਗੇ ਉਹਨਾਂ ਦੇ ਬਣਨਾ। ਆਪਾਂ ਵੱਡਾ ਖੂਹ ਬਣਾਇਆ, ਅਗਲੇ ਉੱਥੇ ਫੋਟੋ ਲਾ ਲੈ ਜਾਂਦੇ ਆ ਵੀ ਬਹੁਤ ਵਧੀਆ ਬਣਿਆ। ਉਹ ਵੀ ਭਰਾਵਾਂ ਨੇ ਬਣਾਇਆ ਸਾਡੇ ਨੇ ਰਲ ਕੇ, ਐਨ ਆਰ ਆਈ ਭਰਾਵਾਂ ਨੇ, ਹੋਰ ਭਰਾਵਾਂ ਨੇ ਆਪਣੇ ਨੇ, ਕੋਈ ਚੀਜ਼ ਬਣਦੀ ਤਖ਼ਤ ਪੋਸ਼ ਪਿਆ, ਕਿੱਡਾ ਮਾਣ ਆ। ਅੱਜ ਆਪਣੇ ਮਸੀਤ ਬਣੀ ਆ, ਕਿੱਡਾ ਮਾਣ ਆਪਣੇ ਨਗਰ ਦਾ, ਗੁਰਦੁਆਰਾ ਸਾਹਿਬ ਬਣੇ ਆ, ਇਹ ਵੀ ਇੱਕ ਆਪਣੇ ਨਗਰ ਦੀ ਬਿਲਕੁਲ ਮਾਣ ਆਸਤੀ ਮਾਣ ਪਾਵਰ। ਅਗਲਾ ਯਾਰ ਭਲੂਰ ਪਿੰਡ ਵੀ ਹੈਗਾ ਜਿੱਥੇ ਧਰਮਸ਼ਾਲਾ ਬਣੀ ਆ, ਇੰਨੇ ਧਰਮ ਸਥਾਨ ਆ, ਇੰਨਾ ਸਾਰਾ ਕੁਝ। ਮੈਂ ਤਾਂ ਇਹੀ ਬੇਨਤੀ ਆ, ਵੱਧ ਟਾਈਮ ਲੈ ਗਿਆ ਮੈਂ ਮਾਫ ਕਰਨਾ, ਤੇ ਐਨ ਆਰ ਆਈ ਭਰਾਵਾਂ ਨੂੰ ਵਾਰ ਵਾਰ ਕੇ ਇਹੀ ਬੇਨਤੀ ਆ ਵੀ ਸਾਡੇ ਸਿਰ ਤੇ ਹੱਥ ਰੱਖੋ। ਅਸੀਂ ਬਿਲਕੁਲ ਬਿਨਾਂ ਰਾਜਨੀਤੀ ਤੋਂ ਸਭ ਕੁਝ ਉੱਪਰ ਉੱਠ ਕੇ ਅਸੀਂ ਇਹ ਕੰਮ ਕਰਨਾ। ਕੋਈ ਸਾਨੂੰ ਇਹਦੇ ਰਾਜਨੀਤੀ ਨਹੀਂ, ਜੇ ਕਿਸੇ ਚਾਹ ਚ ਹੋਵੇ ਬਈ ਇਹ ਬਲਦੇਸੋਂ ਮੂਹਰੇ ਫਿਰਦਾ, ਢਿੱਲੋਂ ਮੂਹਰੇ ਫਿਰਦਾ, ਜਾਂ ਕੋਈ ਹੋਰ ਮੂਹਰੇ ਫਿਰਦਾ, ਵੋਟਾਂ ਜਿਹਨੂੰ ਮਰਜ਼ੀ ਪਾਈ ਜਾਓ, ਸਾਡਾ ਵੋਟਾਂ ਦਾ ਕੋਈ ਦੇਣ ਲੈਣ ਨਹੀਂ ਗਾ। ਸਾਡਾ ਤਾਂ ਸਿਰਫ ਕੀ ਆ, ਨਗਰ ਦੇ ਨਾਲ ਮੂੰਹ ਆ ਸਾਨੂੰ, ਤੇ ਨਗਰ ਦਾ ਸੇਵਾ ਕਰਨੀ ਆ, ਤੇ ਉਹ ਸਾਡੇ ਕੋਲੋਂ ਕਰਾ ਲਓ, ਅਸੀਂ ਕਰਨ ਨੂੰ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਬੀ ਸੀ ਸਿੰਘ, ਆਮ ਆਦਮੀ ਪਾਰਟੀ ਭਲੂਰ, ਵੀ ਜੋ ਮਾਸਟਰ ਵਿਕਰ ਸਿੰਘ ਜੀ, ਸਾਬਕਾ ਸਰਪੰਚ ਬੋਹੜ ਸਿੰਘ ਜੀ ਨੇ ਆਪਦੇ ਵਿਚਾਰ ਰੱਖੇ ਆ, ਅਸੀਂ ਸਹਿਮਤ ਹਾਂ ਉਹਨਾਂ ਨਾਲ। ਹਾਂ, ਜੇ ਕੋਈ ਸਰਕਾਰ ਤਾਂ ਹੀ ਸਾਨੂੰ ਕੰਮ ਪੈਂਦਾ, ਮੈਂ ਮੂਹਰੇ ਲਾ ਕੇ ਇਹਨਾਂ ਸਾਥ ਦਿਉਂਗਾ, ਅਤੇ ਵੈਸੇ ਸਾਡੀ ਸਰਕਾਰ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ, ਅਤੇ ਇੰਨਾ ਕੋਈ ਕਹਿੰਦਾ ਮੈਂ ਜਾਚ ਕੇ ਦਰਸ਼ਕੋ ਜੀ। ਆਹ ਥਾਂ ਖੁੱਲ੍ਹਾ ਹੋਊਗਾ ਅੱਗੇ, ਮਤਲਬ ਚੌਂਕ ਬਣ ਜੂਗਾ ਇੱਕ ਤਰ੍ਹਾਂ ਨਾਲ, ਤਾਂ ਕਿ ਇਹ ਸਾਰੇ ਜਗ੍ਹਾ ਦੀ ਸ਼ਾਨ ਬਣ ਜੇ। ਉੱਥੇ ਦੋ ਕਮਰੇ ਬਣਨਗੇ, ਜਿਹੜੇ ਵਿਆਹ ਲੜਕਾ ਅਤੇ ਲੜਕੀ ਉਹਨਾਂ ਦੇ ਕੱਪੜੇ ਬਦਲਣ ਵਾਸਤੇ ਦੋ ਕਮਰੇ ਬਣਨਗੇ ਉਸ ਜਗ੍ਹਾ ਤੇ। ਹਾਂਜੀ ਹਾਂ, ਉਸ ਜਗ੍ਹਾ 12-12 ਫੁੱਟੇ, ਠੀਕ ਆ, ਦੋ ਕਮਰੇ ਬਣਨਗੇ, ਸਾਂਝੀ ਟੋਇਲਟ ਹੋਊਗੀ, ਔਰ ਇੱਥੋਂ ਟੇਢੀ, ਠੀਕ ਆ, ਇੱਥੇ ਮੇਨ ਆ ਗੇਟ, ਟੇਢੀ ਕੰਧ ਕੱਟ ਕੇ ਤੇ ਵਿਚਾਲੇ ਬਾਹਰ ਹੋਊਗਾ ਜੀ ਜੀ, ਤੇ ਤਾਂ ਕਿ ਮਤਲਬ ਬੜਾ ਸੋਹਣਾ ਦਿਖ ਦਿਸੇ ਜੀ, ਵਧੀਆ ਬਣ ਜੂਗਾ। ਹਾਂ, ਬਹੁਤ ਦਿਖ ਸੋਹਣੀ ਦਿਸੇ ਜੀ ਜੀ, ਤੇ ਇਸ ਕਰਕੇ ਇਹ ਕੰਮ ਅੱਜ ਛੇਤੀ ਜਲਦੀ ਹੋਣ ਵਾਲਾ। ਉਸ ਤੋਂ ਬਾਅਦ ਵਿਚਾਲੇ ਜਿਹੜਾ ਮੇਨ ਹਾਲ ਹੋਊਗਾ ਜੀ, ਉਹ ਮੇਨ ਹਾਲ ਜਿਹੜਾ ਜਦੋਂ ਨੀਂਹ ਰੱਖੀ ਉਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਘਲਾ ਕੇ ਰੱਖਾਂਗੇ, ਔਰ ਕਿਸੇ ਲੀਡਰ ਵਗੈਰਾ ਜਾਂ ਕੋਈ ਮਹਾਨ ਹਸਤੀ ਨੂੰ ਸੱਦ ਕੇ ਉਹਨਾਂ ਤੋਂ ਨੀਂਹ ਖਵਾਵਾਂਗੇ, ਤਾਂ ਕਿ ਮਤਲਬ ਇੱਕ ਯਾਦਦਾਸ਼ਤ ਬਣੀ ਰਹੇ। ਸਭ ਸਾਥੀ ਮਿਹਰਬਾਨੀ, ਸਭ ਨੂੰ ਬਈ ਸਾਡਾ ਸਾਥ ਦਿਓ, ਔਰ ਜਲਦਾਰ ਪ੍ਰਭਾਤ ਸਾਹਿਬ ਦਾ ਵੀ ਜਿਹਨਾਂ ਨੇ ਇੰਨਾ ਕੀਮਤੀ ਥਾਂ ਦਿੱਤਾ, ਉਹਨਾਂ ਦਾ ਵੀ ਧੰਨਵਾਦ ਕਰੋ, ਤੇ ਜਿਹੜੇ ਵੀ ਟੈਲੀਫੋਨ ਦਿੰਦੇ ਸਭ ਕਬੂਲ ਕੀਤਾ ਜਾਊਗਾ, ਔਰ ਸਭ ਦਾ ਨਾਂ ਜਿਹੜਾ ਲਿਸਟ ਬਣਾ ਕੇ ਬਕਾਇਦਾ ਪੱਥਰ ਦੇ ਉੱਤੇ ਲਾਇਆ ਜਾਊਗਾ ਜਿਹਨਾਂ ਨੇ ਵੀ ਸੇਵਾ ਕੀਤੀ, ਤੇ ਕੋਈ ਕਿਸੇ ਨੂੰ ਵੀ ਇਗਨੋਰ ਨਹੀਂ ਕੀਤਾ ਜਾਊਗਾ। ਬਹੁਤ ਬਹੁਤ ਮਿਹਰਬਾਨੀ, ਵਾਹਿਗੁਰੂ ਜੀ ਹੌਸਲਾ, ਵਾਹਿਗੁਰੂ ਜੀ। ਲਓ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜੋ ਪਿੰਡ ਲੈਵਲ 'ਤੇ, ਅੱਗੇ ਵੀ ਤੁਸੀਂ ਵੱਧ ਚੜ੍ਹ ਕੇ ਸਪੋਰਟ ਕੀਤੀ ਹੈ ਅਤੇ ਹੁਣ ਵੀ ਵੱਧ ਚੜ੍ਹ ਕੇ ਸਪੋਰਟ ਕਰਿਆ ਜੋ, ਅਤੇ ਵੱਧ ਤੋਂ ਵੱਧ ਆ ਕੇ ਜ਼ਰੂਰ ਇੱਥੇ ਵਿਜ਼ਿਟ ਜ਼ਰੂਰ ਕਰਿਆ ਕਰੋ, ਅਤੇ ਵੱਧ ਤੋਂ ਵੱਧ ਤਿਲ ਫੁੱਲ ਭੇਟਾ ਜ਼ਰੂਰ ਕਰੋ।
ਤੇ ਜ਼ਰੂਰ ਦਾਨ ਪੁੰਨ ਕਰੋ ਤੇ NRI ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਬਾਈ ਸਪੋਰਟ ਕਰੋ, ਵੱਧ ਤੋਂ ਵੱਧ ਫੰਡ ਭੇਜੋ, ਸਮਾਨ ਭੇਜੋ, ਜਿੱਦਾਂ ਵੀ ਤੁਸੀਂ ਸੇਵਾ ਕਰ ਸਕਦੇ ਹੋ ਜ਼ਰੂਰ ਕਰੋ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਜੋ ਅਤੇ ਕਮੈਂਟ ਵੀ ਕਰਿਆ ਜੋ, ਪਿੰਡ ਲੈਵਲ 'ਤੇ ਜਿਹੜੀ ਵੀਡੀਓ ਹੁੰਦੀ ਹੈ ਜ਼ਰੂਰ ਵੀਰ ਬਣ ਕੇ ਸ਼ੇਅਰ ਕਰਿਆ ਕਰੋ। ਅਤੇ ਮੈਂ ਖਾਸ ਅਪੀਲ ਕਰਦਾ ਅਤੇ ਸਾਰਿਆਂ ਦਾ ਧੰਨਵਾਦ, ਥੈਂਕ ਯੂ।